बहुत बढ़िया, बहुत बढ़िया। हाँ आइए, हाँ हाँ तो जाए डायरेक्टर देता हूँ। थैंक यू जी, थैंक यू। बढ़िया है, क्या करना चाहते हैं? हाँ बोलो। जोगिंदर सिंह बाजवा, क्या पता है दादा, आपने निभाया तो बेटर है बिल्कुल। अपने मुंह से मैं क्या बोलूंगा, बाबा ने संभाला है मुझे, उनके उनके किसान में किया था, किसान नहीं नहीं आपने डॉन का रोल किया था ना, हाँ बिल्कुल। आजकल पंजाब में मुझे प्यार कर रहे हैं बहुत, अच्छी बात है। ऑल है मुझे बस वाहेगुरु, सतना वाहेगुरु, ऐसे ही चलते रहे बस मेरी। लव यू माय डियर मिप्रा, लव यू टू। और खिलाऊ, बुला ले घर पे। कौन है, नाम पता ले उसको, मैं भी ठीक है। ਆਪਣੇ ਤਰੀਕੇ ਨਾਲ ਚੇਂਜ ਕੀਤਾ, ਜੋ ਕਿ ਜੇ ਤੁਸੀਂ ਥਲਾਈਵਾ ਦੇਖੀ ਆ ਓਰੀਜਨਲ ਮੈਂ ਸ਼ੁਰੂ 'ਚ ਜਦੋਂ ਛੋਟਾ ਹੁੰਦਾ ਸੀਗਾ, ਛੋਟਾ ਮਤਲਬ ਜਦੋਂ, ਪਰ ਮੈਂ ਇਹਨਾਂ ਨੂੰ ਦੱਸਿਆ, ਮੈਂ 6-7 ਸਾਲ ਪੁਰਾਣੀ ਗੱਲ ਸੀਗੀ, ਮੈਂ ਆਪਣੇ ਤਾਂ ਬੋਲਿਆ ਥਾ ਕਿ ਐਕਟਰ ਬਣ, ਮੈਂ ਤੇਰੇ ਕੋਲ ਬੋਲਿਆ, ਮੈਂ ਵੀਡੀਓ ਦਿਖਾਇਆ ਕਿਉਂਕਿ ਉਹ ਮੇਰੇ ਕੋਲ ਵੀਡੀਓ ਕਲਿੱਪ ਵੀ ਸੀਗਾ, ਮੈਨੂੰ ਬੋਲਿਆ ਸੀਗਾ ਪਾਸੇ ਮੈਨੂੰ ਕੀਤਾ ਗਿਆ। ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਚੰਗੀ ਗੱਲ ਹੈ ਜੀ, ਸਾਡਾ ਇਹਦੇ 'ਚ ਹੋਰ ਗੱਲਬਾਤ ਬਣਦੀ ਹੈ ਜੇ ਸਾਡੇ ਫਿਲਮਾਂ ਹਰ ਸਿਨੇਮੇ ਦੇ ਵਿੱਚ ਚੱਲਣਗੀਆਂ, ਇਹਦਾ ਤਾਂ ਅਸੀਂ ਇਹ ਖੁਸ਼ ਆਇਨ ਗੱਲ ਹੀ ਹੈ ਜੀ। ਅਸੀਂ ਤਾਂ ਇਹ ਤਰੱਕੀ ਕਰਨ, ਬਹੁਤ ਚੰਗੀਆਂ ਫਿਲਮਾਂ ਚੱਲਣ, ਔਰ ਸਾਡੇ ਰੇਟ ਵੀ ਵਧਦੇ ਰਹੇ। ਬਹੁਤ ਸਹੀ ਹੈ, ਮਹਾਰਾਸ਼ਟਰ ਮੇਂ ਉਨ ਲੋਗੋਂ ਨੇ ਇਹੀ ਬਾਤ ਕਈ ਸਾਲ ਪਹਿਲੇ ਇਹ ਵੀ ਕਰ ਚੁੱਕਾ ਥਾ ਕਿ ਮਾਰਾਠੀ ਫਿਲਮੇ ਦਿਖਾਏਂਗੇ। ਬਹੁਤ ਸਹੀ ਕੰਮ ਕੀਆ ਕਿ ਪੰਜਾਬ ਮੇਂ ਇੱਕ ਨਹੀਂ ਦੋ ਥੀਏਟਰ ਮੇਂ ਹੋਣਾ ਚਾਹੀਏ ਬੜੋ, ਅਗਰ ਅਫੋਰਡ ਕਰ ਸਕਤੇ ਯੇ ਆਈਨੌਕਸ ਵਾਲੇ, ਆਈਮੈਕਸ ਵਾਲੇ, ਤੋ ਆਈ ਥਿੰਕ ਦੇ ਸ਼ੁੱਡ ਗਿਵ ਐਟਲੀਸਟ ਟੂ ਥੀਏਟਰਸ, ਟੂ ਸਿਨੇਮਾ ਹਾਲਸ ਐਵਰੀ ਟਾਈਮ, ਲਾਈਕ ਹੀ ਸੇਜ਼। ਜਗ੍ਹਾ ਹੀ ਨਹੀਂ ਮਿਲਦਾ ਬੜੋ, ਬਣਾ ਕੇ ਘਰ ਮੇਂ ਦੇਖੇਂਗੇ ਕਿਆ? ਬੇਸ਼ੱਕ ਛੋੜਨਾ ਚਾਹੀਏ, ਮੁਝੇ ਤਾਂ ਲਗਤਾ ਹੈ ਕਿ ਯੇ ਫਿਲਮ ਮੇਂ ਜੋ ਇਨਕਾ ਮੈਸੇਜ ਹੈ, ਮੇਰਾ ਜੋ ਮੈਸੇਜ ਹੈ ਵਹੀ ਹੈ, ਬਾਤ ਤਾਂ ਉਸੀ ਕੇ ਉੱਪਰ ਹੈ ਕਿ ਕੁਛ ਕੁਛ ਕੋਨੇ ਮੇਂ ਨਸ਼ਾ ਛਾਇਆ ਹੁਆ ਹੈ, ਪਰ ਜੋ ਪੰਜਾਬ ਕਾ ਦਿਲ ਹੈ, ਪੰਜਾਬ ਕਾ ਜੋ ਕੋਰ ਹੈ, ਪੰਜਾਬ ਕਾ ਜੋ ਹਾਰਟ ਹੈ, ਜੋ ਹਿਰਦੇ ਹੈ, ਉਹ ਬਹੁਤ ਸਟਰੋਂਗ ਹੈ ਬਿੜੂ। ਆਜੂ ਬਾਜੂ ਕੇ ਜ਼ਹਿਰ ਕੋ ਉੜਾ ਦੇਗਾ ਮਾਲੂਮ ਵੀ ਨਹੀਂ ਪੜੇਗਾ, ਬਹੁਤ ਪਾਵਰ ਹੈ ਆਪਣੇ ਰੇਤੀ ਮੇਂ ਔਰ ਆਪਣੇ ਆਪਣੇ ਗੁੱਦੋਂ ਮੇਂ, ਆਪਣੇ ਹੱਡੀ ਮੇਂ। ਲਾਸਟ ਕੁਐਸਚਨ ਹੈ ਜੀ, ਨੋਟਬੰਦੀ ਕੋ ਕੈਸੇ ਦੇਖਤੇ ਹੈਂ ਆਪ ਲੋਗ, ਬੜਾ ਦੇਖ ਤੋ ਮੈਂ ਐਸੇ ਰਹਾ ਹੂੰ ਕਿ ਆਜ ਮੇਰੇ ਰੁਪਏ ਕੀ ਔਰ 10 ਰੁਪਏ ਔਰ 100 ਰੁਪਏ ਕੀ ਮੈਂ ਕਈ ਬਹੁਤ ਇੱਜ਼ਤ ਕਰ ਰਹਾ ਹੂੰ, ਜੋ ਕਿ ਮੈਂ ਖੁਦ ਕਰ ਰਹਾ ਹੂੰ, ਮੈਂ ਆਪਣੀ ਬਾਤ ਬਤਾ ਰਹਾ ਹੂੰ। ਮੇਰੇ ਇਰਦ ਗਿਰਦ ਕਹੀਂ ਕਹੀਂ ਉਨਕੋ ਕੁਛ ਕੁਛ ਪ੍ਰੋਬਲਮ ਹੈ, ਜਾਂ ਕੁਛ ਖਰੀਦਨੇ ਚਲੇ ਜਾਤੇ ਹੈ, ਮਗਰ ਸਭ ਆਪਣੇ ਆਪਣੇ ਹਿਸਾਬ ਸੇ ਖੇਲ ਰਹੇ, ਔਰ ਅਗਰ ਹਿੰਦੁਸਤਾਨ ਕਾ ਇੱਕ ਇਲੈਕਟਿਡ ਇਨਸਾਨ ਨੇ ਯੇ ਡਿਸੀਜਨ ਲਿਆ ਤੋ ਕੁਛ ਸੋਚ ਸਮਝ ਕੇ ਲਿਆ ਹੋਗਾ, ਦੇਖਤੇ ਹੈਂ ਕੁਛ ਅੱਛਾ ਹੀ ਕਰ ਰਹੇ ਹੋਗੇ, ਇਸਕੇ ਅਗੇਂਸਟ ਵੀ ਹੋ ਸਕਤੇ ਹੈ, ਇਸਕੇ ਫੌਰ ਵੀ ਹੋ ਸਕਤੇ ਹੈ, ਉਹ ਤਾਂ ਹਰ ਡਿਸੀਜਨ ਕੇ ਬਾਰੇ ਮੇਂ ਕੁਛ ਅਗੇਂਸਟ ਜਾਤੇ ਹੈਂ, ਕੋਈ ਫੌਰ ਹੋਤਾ ਹੈ, ਆਪਣੇ ਹਮ ਇਹ ਦੇਖੇਂਗੇ ਕਿ ਕਿਸੀ ਕੋ ਹਮਨੇ ਇਲੈਕਟ ਕਰਕੇ ਉਸ ਸਥਾਨ ਪਰ ਉਸ ਪੋਜੀਸ਼ਨ ਪਰ ਰੱਖੇ, ਉਨੇ ਡਿਸੀਜਨ ਲਿਆ ਹੈ, ਤੋ ਉਸ ਉਸ ਪਰ ਹਮ ਉਸਕੀ ਇੱਜ਼ਤ ਕਰਨੀ ਚਾਹੀਏ ਹਮੇਂ, ਔਰ ਜੋ ਜਿਸਕੋ ਜਿਸਕੋ ਪ੍ਰੋਬਲਮ ਹੋ ਰਹਾ ਹੈ, ਜੋ ਕੁਛ ਚੀਜ਼ੇ ਹੋ ਰਹੀ ਹੈ, ਮੈਂ ਤਾਂ ਚਾਹਤਾ ਹੂੰ ਕਿ ਸਭ ਸਹੀ ਹੋ ਜਾਏ। ਧੰਨਵਾਦ। ਬੜਾ ਚੰਗਾ ਲੱਗਿਆ ਜੀ, ਐਡੇ ਸੀਨੀਅਰ ਆਰਟਿਸਟ ਜਿਨ੍ਹਾਂ ਨੇ ਇੰਨਾ